ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸਿੱਖ ਭਾਈਚਾਰੇ ਦੀ ਮਿਲ ਰਹੀ ਭਰਵੀਂ ਹਮਾਇਤ ਦਰਮਿਆਨ ਸਿੱਖ ਕੌਮ ਦੀ ਹੋਰ ਹਮਾਇਤ ਲਈ ਮੁਸਲਿਮ ਭਾਈਚਾਰੇ ਦੇ ਇੱਕ ਸਾਂਝੇ ਵਫਦ ਵੱਲੋਂ ਦਰਬਾਰ ਸਾਹਿਬ ਪਹੁੰਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁਜਾਰਿਸ਼ ਕੀਤੀ ਗਈ। ਪਰ ਇਸ ਦਰਮਿਆਨ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਦੀ ਚਰਚਾ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਪਰ ਆਮ ਹੈ। ਦਰ ਦਰਬਾਰ ਦਾ ਆਮ ਨਹੀਂ, ਤਖ਼ਤ ਸ਼ਖਸ ਦੇ ਨਾਮ ਨਹੀਂ, ਸਿਫਤ ਹੀ ਹੁੰਦੀ ਇਹ ਅੱਲਾਹ ਦੀ, ਕਿਸੇ ਆਦਮ ਦਾ ਪਹਿਗਾਮ ਨਹੀਂ, ਧੁਰ ਦਰਗਾਹੋਂ ਆਇਆ ਇਹ ਆਮ ਨਹੀਂ, ਇਹ ਆਮ ਨਹੀਂ। ਸੋਸ਼ਲ ਮੀਡੀਆ ਫੇਸਬੁੱਕ ਤੇ ਪ੍ਰਗਟਾਏ ਇਹ ਜਜ਼ਬਾਤ ਬੀਤੇ ਕੱਲ ਮੁਸਲਿਮ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਖਲ ਅੰਦਾਜ਼ੀ ਦੇ ਹੁਕਮ ਦੀ ਕੀਤੀ ਮੰਗ ਬਾਅਦ ਸਾਹਮਣੇ ਆਏ ਹਨ। ਇਹੋ ਜਿਹੇ ਹਜ਼ਾਰਾਂ ਲੱਖਾਂ ਜਜ਼ਬਾਤ ਸਾਧਨ ਉਡੀਕ ਰਹੇ ਹੋਣਗੇ, ਵਿਸ਼ੇਸ਼ ਕਰ ਉਸ ਵੇਲੇ ਜਦੋਂ ਕੁਝ ਕੱਟੜਵਾਦੀ ਤਾਕਤਾਂ ਦੇਸ਼ ਅੰਦਰ ਖੇਰੂ ਖੇਰੂ ਹੋ ਵਿੱਚ ਰਹੀਆਂ ਘੱਟ ਗਿਣਤੀ ਕੌਮਾਂ ਨੂੰ ਆਨੇ ਬਹਾਨੇ ਨਿਗਲ ਜਾਣ ਤੇ ਮਨਸੂਬੇ ਕਰ ਰਹੀਆਂ ਹਨ। ਅਜਿਹੇ ਮੌਕੇ ਮੁਸਲਿਮ ਭਾਈਚਾਰੇ ਦੀ ਇਸ ਪਹੁੰਚ ਨੇ ਸਦੀਆਂ ਪੁਰਾਣੀ ਉਸ ਧਾਰਨਾ ਤੇ ਵਰਤਾਰੇ ਤੇ ਮੋਹਰ ਲਾਈ ਹੈ ਕਿ ਸਿੱਖ ਕੌਮ ਦੀ ਆਜ਼ਾਦ ਪ੍ਰਭੂ ਸੱਤਾ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਇੱਕ ਅਜਿਹਾ ਇਲਾਹੀ ਤਖ਼ਤ ਹੈ ਜੋ ਹਰ ਔਖੀ ਕੜੀ ਦੱਬੀ ਕੁਚਲੀ ਮਨੁੱਖਤਾ ਤੇ ਮਜ਼ਲੂਮਾਂ ਦੀ ਬਾਂਹ ਫੜ ਸਕਦਾ ਹੈ। ਦਿੱਲੀ ਦੇ ਹਾਕਮਾਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਠੋਸਣ ਦੀ ਜੋ ਪ੍ਰਕਿਰਿਆ ਤਿਆਰ ਕੀਤੀ ਗਈ ਹੈ ਉਸ ਦੀ ਅਸਪਸ਼ਟਤਾ ਵਾਲਾ ਜਵਾਬ ਦੇਣ ਦੀ ਬਜਾਏ ਧੱਕੇ ਨਾਲ ਲਾਗੂ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਅਦ ਮੁਸਲਿਮ ਭਾਈਚਾਰੇ ਨੇ ਸਿੱਧੇ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਸੁਣਵਾਈ ਦੀ ਗੁਹਾਰ ਲਗਾਈ ਹੈ। ਇਹ ਹਕੀਕਤ ਕੋਈ ਲੁਕੀ ਛਿਪੀ ਨਹੀਂ, ਪਰ ਇਹ ਵੀ ਤਰਾਸਦੀ ਹੈ ਕਿ ਅਜਿਹੇ ਹਾਲਾਤ ਪੈਦਾ ਕਰਨ ਵਾਲਿਆਂ ਵਿੱਚ ਉਹ ਸਿਆਸਤਦਾਨ ਵੀ ਹਨ ਜੋ ਖੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਚਾਰਕ ਪ੍ਰਸਾਰਕ ਹੋਣ ਦੇ ਦਾਅਵੇ ਕਰਦੇ ਨਹੀਂ ਥੱਕਦੇ। ਇਹ ਹਾਲਤ ਅਜਿਹੇ ਦੋਗਲੀ ਪ੍ਰਵਿਰਤੀ ਦੇ ਲੋਕਾਂ ਦੀ ਹੀ ਦੇਣ ਹੈ ਕਿ 56 ਮੁਲਕਾਂ ਵਿੱਚ ਰਾਜ ਚਲਾਉਣ ਵਾਲਾ ਮੁਸਲਿਮ ਭਾਈਚਾਰਾ ਹਿੰਦੁਸਤਾਨ ਵਿੱਚ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਵਿਸ਼ਵ ਭਰ ਦੇ ਮੁਲਕਾਂ ਨੂੰ ਸਭਿਅਤਾ ਦੇ ਸ਼ਾਲੀਨਤਾ ਦਾ ਪਾਠ ਪੜਾਉਣ ਲਈ ਜਾਣੀ ਜਾਂਦੀ ਸੰਸਥਾ ਸੰਯੁਕਤ ਰਾਸ਼ਟਰ ਵੀ ਜਦੋਂ ਇਸ ਮਸਲੇ ਤੇ ਘੇਸਲ ਮਾਰੀ ਬੈਠੀ ਹੈ ਤਾਂ ਮੁਸਲਿਮ ਭਾਈਚਾਰੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੁਆਰਾ ਸਥਾਪਿਤ ਅਕਾਲ ਤਖ਼ਤ ਦੇ ਇਲਾਹੀ ਤਖ਼ਤ ਤੇ ਟੇਕ ਧਰੀ ਹੈ। 7 ਫਰਵਰੀ ਨੂੰ ਜਿਸ ਵੇਲੇ ਅਹਿਮਦਗੜ੍ਹ ਤੋਂ ਆਏ ਸੈਂਕੜੇ ਮੁਸਲਮਾਨ ਜੁਆਇੰਟ ਮੁਸਲਿਮ ਐਕਸ਼ਨ ਕਮੇਟੀ ਦੇ ਬੈਨਰ ਤੇ ਜਨਾਬ ਜੀਸ਼ਾਨ ਹੈਦਰ ਤੇ ਜਨਾਬ ਫੁਰਖਾਨ ਅਹਿਮਦ ਦੀ ਅਗਵਾਈ ਵਿੱਚ ਇਕੱਤਰ ਹੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕਰ ਰਹੇ ਸਨ ਤਾਂ ਸਮੁੱਚੀ ਸਿੱਖ ਸੰਗਤ ਦੀਆਂ ਨਜ਼ਰਾਂ ਉਹਨਾਂ ਨੂੰ ਨਿਹਾਰ ਰਹੀਆਂ ਸਨ। ਦਰਬਾਰ ਸਾਹਿਬ ਵਿਖੇ ਆਪਣੀ ਅਕੀਦਤ ਭੇਟ ਕਰਨ ਉਪਰੰਤ ਤੇ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪੁੱਜਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਮ ਇੱਕ ਬੇਨਤੀ ਪੱਤਰ ਸਕੱਤਰੇਤ ਅਧਿਕਾਰੀਆਂ ਨੂੰ ਪੇਸ਼ ਕੀਤਾ। ਜਾਣਦੇ ਹਾਂ ਕਿ ਬੀਜੇਪੀ ਸਰਕਾਰ ਕਿਸ ਤਰ੍ਹਾਂ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ, ਉਹ ਕਾਨੂੰਨਾਂ ਦੇ ਖਿਲਾਫ ਅੱਜ ਅਸੀਂ ਇੱਕ ਇੱਥੇ ਮੰਗ ਪੱਤਰ ਲੈ ਕੇ ਆਏ ਹਾਂ ਔਰ ਅਕਾਲ ਤਖ਼ਤ ਸਾਹਿਬ ਦੇ ਵਿੱਚ ਹਜ਼ੂਰੀ ਦੇ ਲਈ ਇੱਕ ਬੇਨਤੀ ਕਰ ਰਹੇ ਹਾਂ ਕਿ ਉਹ ਸਾਡੀ ਸਿਆਸੀ ਅਗਵਾਈ ਕਰਨ ਕਿ ਕਿਸ ਤਰੀਕੇ ਨਾਲ ਇਹ ਕਾਲੇ ਕਾਨੂੰਨਾਂ ਨਾਲ ਨਿਪਟਿਆ ਜਾਵੇ, ਉਹ ਹੁਕਮਨਾਮਾ ਜਾਰੀ ਕਰਨ ਤਾਂ ਕਿ ਸਮੁੱਚੇ ਸਮਾਜ ਨੂੰ ਅਗਲੀ ਰਹਿਨਮਾਈ ਮਿਲ ਸਕੇ। ਸਕੱਤਰੇਤ ਵੱਲੋਂ ਯਕੀਨ ਦਵਾਇਆ ਗਿਆ ਕਿ ਉਹਨਾਂ ਦੀ ਬੇਨਤੀ ਜਥੇਦਾਰ ਤੱਕ ਪਹੁੰਚਾਈ ਜਾ ਰਹੀ ਹੈ। ਜਿਸ ਵੇਲੇ ਤੱਕ ਇਹਨਾਂ ਇਮਾਨ ਪ੍ਰਸਤਾਂ ਲਈ ਨਮਾਜ਼ ਦਾ ਸਮਾਂ ਹੋ ਚੁੱਕਾ ਸੀ ਤੇ ਉਸ ਵੇਲੇ ਮੁਸਲਮਾਨ ਵੀਰ ਦਰਬਾਰ ਸਾਹਿਬ ਦੀ ਘੰਟਾ ਕਰਬਾਹੀ ਦੇ ਬਾਹਰ ਜੁੜ ਗਏ ਅਤੇ ਆਪਣੇ ਅਕੀਦੇ ਅਨੁਸਾਰ ਜੁਮੇ ਦੀ ਨਮਾਜ਼ ਅਦਾ ਕੀਤੀ। ਮਾਹੌਲ ਵੀ ਐਸਾ ਸਾਜਗਾਰ ਸੀ ਕਿ ਨਮਾਜ਼ ਅਦਾ ਕਰਦਿਆਂ ਇਹਨਾਂ ਨਮਾਜ਼ੀਆਂ ਦੇ ਚਿਹਰੇ ਘੰਟਾ ਕਰਬਾਹੀ ਵੱਲ ਸਨ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜਲੇ ਦੋ ਨਿਸ਼ਾਨ ਸਾਹਿਬ ਸਾਫ਼ ਨਜ਼ਰੀ ਪੈਂਦੇ ਹਨ। ਨੇੜਿਓਂ ਲੰਘ ਰਹੇ ਸ਼ਰਧਾਲੂ ਇਹਨਾਂ ਨਮਾਜ਼ੀਆਂ ਨੂੰ ਨੀਝ ਨਾਲ ਵੇਖ ਰਹੇ ਸਨ। ਲੋਕ ਤੰਜ ਵੀ ਕਰ ਰਹੇ ਸਨ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਕੁਝ ਆਪਣੇ ਲਕਾਉਣ ਵਾਲਿਆਂ ਤੇ ਕੁਝ ਮੋਹ ਆਇਆ, ਜਿਸ ਵਿੱਚ ਜਕੜੇ ਅਖੌਤੀ ਸੇਵਾਦਾਰਾਂ ਤੇ ਜਥੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਅਤੇ ਸਿਧਾਂਤ ਨੂੰ ਢਾਹ ਜ਼ਰੂਰ ਲਾਈ ਹੈ। ਪਰ ਅਕਾਲ ਦਾ ਇਹ ਤਖ਼ਤ ਰਹਿੰਦੀ ਦੁਨੀਆ ਤੱਕ ਦੱਬੇ ਕੁਚਲੇ ਲਿਤਾੜੇ ਤੇ ਹਕੂਮਤਾਂ ਦੇ ਸਤਾਏ ਲੋਕਾਂ ਦੀ ਬਾਂਹ ਜ਼ਰੂਰ ਫੜੇਗਾ। ਲੋਕ ਵਿਭਾਗ ਸਨ ਕਿ ਕੁਝ ਤਰਕਵਾਦੀ ਅੱਜ ਵੀ ਅਕਾਲ ਤਖ਼ਤ ਸਾਹਿਬ ਨੂੰ ਮਹਿਜ਼ ਇੱਕ ਇਮਾਰਤ ਹੀ ਸਮਝੀ ਬੈਠੇ ਹਨ, ਲੇਕਿਨ ਧਰਮੀ ਲੋਕਾਂ ਦੇ ਮਨਾਂ ਅੰਦਰ ਇਸ ਦੀ ਇਲਾਹੀ ਤਖ਼ਤ ਵਜੋਂ ਜੋ ਤਸਵੀਰ ਉਭਰੀ ਹੈ ਉਸ ਨੂੰ ਕੋਈ ਦੁਨਿਆਵੀ ਤਾਕਤ ਨਹੀਂ ਮਿਟਾ ਸਕੇਗੀ। ਮੁਸਲਮਾਨ ਭਾਈਚਾਰੇ ਦੀ ਅਕਾਲ ਤਖ਼ਤ ਸਾਹਿਬ ਦੀ ਇੱਕ ਇਨਸਾਫ਼ ਲਈ ਪਹੁੰਚ ਨੂੰ ਇਸ ਸੰਦਰਭ ਵਿੱਚ ਵੀ ਵੇਖਣਾ ਬਣਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਸਿੱਖ ਕੌਮ ਹਰ ਔਖੀ ਕੜੀ ਯਥਾ ਸ਼ਕਤ ਕੋਸ਼ਿਸ਼ ਨਾਲ ਮੁਸੀਬਤ ਵਿੱਚ ਫਸੇ ਘੱਟ ਗਿਣਤੀ ਭਾਈਚਾਰਿਆਂ ਦੀ ਬਾਂਹ ਫੜਨ ਲਈ ਅੱਗੇ ਆ ਰਹੀ ਹੈ। ਫਿਰ ਉਹ ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ਵਿੱਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦੀ ਗੱਲ ਹੋਵੇ ਜਾਂ ਧੀਆਂ ਭੈਣਾਂ ਨੂੰ ਸੁਰੱਖਿਅਤ ਕਸ਼ਮੀਰ ਪਹੁੰਚਾਉਣ ਦੀ, ਜਾਮੀਆ ਮਿਲੀਆ ਯੂਨੀਵਰਸਿਟੀ ਵਿਦਿਆਰਥੀਆਂ ਦੇ ਸ਼ਾਹੀਨ ਬਾਗ ਧਰਨਾਕਾਰੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਹੋਏ ਜਾਂ ਕੁਝ ਹੋਰ ਕੁਦਰਤੀ ਆਫ਼ਤ ਦਾ ਮੌਕਾ, ਦੇਸ਼ ਦੇ ਹਾਕਮਾਂ ਵੱਲੋਂ ਲਏ ਜਾ ਰਹੇ ਗੰਭੀਰ ਮੁੱਦਿਆਂ ਪ੍ਰਤੀ ਸਾਡੇ ਸਿਆਸਤਦਾਨਾਂ ਵੱਲੋਂ ਦਿਖਾਏ ਜਾ ਰਹੇ ਦੋਗਲੇਪਨ ਨੂੰ ਖਤਮ ਕਰਨ ਲਈ ਵੀ ਸਾਨੂੰ ਸਿੱਖ ਕਹਾਉਣ ਵਾਲਿਆਂ ਨੂੰ ਮੁੜ ਕਮਰ ਕੱਸਾ ਜ਼ਰੂਰ ਕਰਨਾ ਪਵੇਗਾ। ਦਰਬਾਰ ਸਾਹਿਬ ਦੇ ਬਾਹਰ ਨਮਾਜ਼ ਅਦਾ ਕਰਨੀ, ਦਰਬਾਰ ਸਾਹਿਬ ਨਤਮਸਤਕ ਹੋਣਾ ਅਤੇ ਜਾਬਰ ਦਿੱਲੀ ਦੇ ਤਖ਼ਤ ਤੋਂ
दुखी हो अकाल दे तखत दे आस लैके आउणी आम वर्तारा नहीं है। नफरतां दी अग च सड़ रहे संसार च ठंडी हवा दा बुल्ला है। हर सिख दा फर्ज है दर ते आए दी बांह फड़े। परख दी कड़ी है कि 17वीं सदी विच जंगल बेलियां अंदर विचरण वाले भी अकाल तखत ते आए फरियादी नूं निराश नहीं सन भेजदे। जेकर तुहानूं साडा इह उपराला चंगा लगा है तां इस नूं लाइक करो, शेयर करो अते साडे यूट्यूब चैनल नूं सबसक्राइब करो।